ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜਿਹੜਾ ਰੋਲ ਨੰਬਰ ਆ ਤੁਸੀਂ ਸੈਂਪਲੀ ਕਿਵੇਂ ਚੈੱਕ ਕਰ ਸਕਦੇ ਹੋ। ਦੋਸਤੋ ਤੁਸੀਂ ਸੈਂਪਲੀ ਵੈਬਸਾਈਟ 'ਤੇ ਜਾਣਾ ਹੈਗਾ, ਐਗਜ਼ਾਮੀਨੇਸ਼ਨ ਪੋਰਟਲ 'ਤੇ ਜਾਣਾ। ਮੈਂ ਪਹਿਲਾਂ ਦੱਸਿਆ ਸੀ ਤੁਹਾਨੂੰ, ਹੁਣ ਮੈਂ ਖੋਲ੍ਹ ਕੇ ਦਿਖਾ ਦਿੰਦਾ ਕਿਵੇਂ ਤੁਸੀਂ ਚੈੱਕ ਕਰ ਸਕਦੇ ਹੋ। ਜਿਨ੍ਹਾਂ ਵਿਦਿਆਰਥੀਆਂ ਨੇ ਫਾਰਮ ਭਰੇ ਸੀ ਔਨਲਾਈਨ, ਠੀਕ ਹੈ, ਉਹਨਾਂ ਦਾ ਨੋਟਿਸ ਆਇਆ ਵੀ ਉਹਨਾਂ ਦੇ ਡਾਊਨਲੋਡ ਨਹੀਂ ਹੋ ਸਕਦੇ ਜਾਂ ਡਾਊਨਲੋਡ ਹੋ ਨਹੀਂ ਸਕਦੇ ਜਾਂ ਆਏ ਨਹੀਂ ਹੈ। ਉਹਦਾ ਪਹਿਚਾਣ ਆਧਾਰ ਕਾਰਡ ਕੁਛ ਦੋ ਫੋਟੋਆਂ ਲੈ ਕੇ ਤੁਸੀਂ ਲੈ ਕੇ ਆਪਣੇ ਕਾਲਜ ਜਾਂ ਪ੍ਰੀਖਿਆ ਕੇਂਦਰ 'ਚ ਜਾ ਰਹੇ ਜਦੋਂ ਪੇਪਰ ਹੋਏ। ਇੱਥੇ ਕਲਿੱਕ ਕਰ ਦੇਣਾ, ਸਲੈਕਟ ਕੋਰਸ, ਸੈਮ ਸਲੈਕਟ ਕਰ ਦੇਣਾ, ਰਜਿਸਟ੍ਰੇਸ਼ਨ ਨੰਬਰ ਯਾਦ ਆ ਤਾਂ ਉਹ, ਨਹੀਂ ਤਾਂ ਉਹਦਾ ਨਾਂ ਭਰ ਦੇਣਾ। ਜੇ ਨਾ ਆਇਆ ਸਰਚ ਤਾਂ ਉਹ ਜਿਵੇਂ ਨੋਟਿਸ ਆਇਆ ਨਵਾਂ ਵੀ ਤੁਹਾਨੂੰ ਜਾਣਾ ਪੈਣਾ ਆਧਾਰ ਕਾਰਡ ਲੈ ਕੇ ਕੁਛ ਦੋ ਫੋਟੋਆਂ, ਵਾਪਸ ਸੈੱਟ ਕਰਨਗੇ ਕਾਲਜ ਵਾਲੇ। ਨੋਟਿਸ ਆ ਚੁੱਕਿਆ, ਇਹ ਨੋਟਿਸ ਨਿਊਜ਼ 'ਤੇ ਵੀ ਆ ਚੁੱਕਿਆ। ਸਰਚ ਕਰ ਦੇਣਾ ਕੋਈ ਵੀ, ਚੱਲ ਆਪਾਂ ਵੈਸੇ ਵੀ ਆ ਜਾਂਦੇ ਸਰਚ ਕਰਕੇ, ਜੇ ਨਾ ਕਰਾਂਗੇ ਤਾਂ ਨਾਲ ਆ ਵੀ ਸਰਚ ਹੋ ਜਾਂਦਾ। ਅਤੇ ਇਹ ਦੋਸਤੋ ਇਹਨਾਂ ਥੋੜ੍ਹੀ ਪ੍ਰੋਬਲਮ ਆ, ਵਿੱਚੋਂ ਵਿੱਚੋਂ ਪ੍ਰਿੰਟ ਕਰਕੇ ਸਹੀ ਹੋ ਜਾਂਦਾ, ਥੋੜ੍ਹੇ ਚਿਰ ਬਾਅਦ ਵਿੱਚ ਵਿੱਚੋਂ ਫਿਰ ਹਟ ਜਾਂਦਾ। ਇਹ ਪ੍ਰਿੰਟ ਹੋ ਸਕਦਾ, ਇਹ ਦੁਬਾਰਾ ਤੁਸੀਂ ਯੂਜ ਕਰ ਲਿਓ, ਹੋ ਜੂਗਾ ਸਹੀ। ਇਸ ਤਰੀਕੇ ਨਾਲ ਤੁਸੀਂ ਸਰਚ ਕਰ ਸਕਦੇ ਹੋ ਤਾਂ ਨਾਂ ਅਤੇ ਫਾਦਰ ਨੇਮ, ਸਿੰਪਲੀ ਮੈਨੂੰ ਦੱਸਦਾ ਹੈ, ਦੇਖ ਨਾ ਆ ਗਿਆ ਨਾ। ਇਹਨੂੰ ਦਾਲ ਤੁਸੀਂ ਡਾਊਨਲੋਡ ਕਰ ਸਕਦੇ ਹੋ, ਪ੍ਰਿੰਟ ਕਰ ਸਕਦੇ ਹੋ, ਠੀਕ ਹੈ। ਇਹ ਥੋੜ੍ਹੀ ਕਈ ਵਾਰ ਪ੍ਰੋਬਲਮ ਆ ਜਾਂਦੀ, ਟੈਕਨੀਕਲ ਫਿਰ ਸ਼ੁਰੂ ਹੋ ਜਾਂਦੀ, ਕਈ ਵਾਰ ਬੰਦ ਹੋ ਜਾਂਦਾ, ਕਈ ਵਾਰ ਆਉਣਾ ਹੋ ਜਾਂਦਾ। ਉਹਦੇ ਵਿੱਚ ਡਾਊਨਲੋਡ ਤੁਸੀਂ ਕਰ ਸਕਦੇ ਹੋ। ਰਜਿਸਟ੍ਰੇਸ਼ਨ ਨੰਬਰ ਨਾ ਵੀ ਜੇ ਤੁਹਾਡਾ ਨਹੀਂ ਸ਼ੋ ਰਿਹਾ ਰੋਲ ਨੰਬਰ, ਤਾਂ ਤੁਸੀਂ ਕੀ ਕਰਨਾ, ਤੁਸੀਂ ਇਹੀ ਕਰਨਾ ਜਿਹੜਾ ਇਹ ਨੋਟਿਸ 'ਚ ਲਿਖਿਆ, ਨੋਟਿਸ 'ਚ ਵੀ ਲਿਖਿਆ ਵਾ ਉੱਤੇ 2000 ਪਾਸਪੋਰਟ ਫੋਟੋਆਂ ਲੈ ਕੇ ਆਉਣੀਆਂ, ਠੀਕ ਹੈ, ਜਿਨ੍ਹਾਂ ਦਾ ਨਹੀਂ ਹੈਗਾ ਰੋਲ ਨੰਬਰ, ਨਹੀਂ ਜਿਨ੍ਹਾਂ ਨੇ ਔਨਲਾਈਨ ਫਾਰਮ ਭਰੇ ਸੀ ਔਨਲਾਈਨ, ਠੀਕ ਹੈ। ਧੰਨਵਾਦ ਦੋਸਤੋ ਵੀਡੀਓ ਦੇਖਣ ਲਈ, ਮਿਲਦੇ ਹਾਂ ਅਗਲੀ ਵੀਡੀਓ 'ਚ।